अपने कमांकारा तो फ्री होना तीन तीन वरे तक मेरे चैट वादा किया बट कुछ प्रॉब्लम करके ना अपनी सारी लव स्टोरी दसा गे कि मिले कि अंगेजमेंट हुई बहुत ही वायरल मेरे सामने वीडियो आई ए मेनू काफी वधिया लग्या इहदा भंगड़ा वगैरा मैं नहीं पर वेख्या टिकटॉक ते After sometimes 2-3 days मैं follow नहीं कीता मतलब मैं तो follow कर लिया सी नू मैं चुके unfollow मारता बड़ी सही कर लिया फिर महीने के बाद कीते मैं फिर मतलब टिकटॉक मैं रेगुलर सी ये भी रेगुलर सी या वीडियोस भी बहुत वायरल होनी आ सी या ते फिर मैं अपना दोबारा गई इंस्टा ते मैं कहा छड़ मैं कहा मुंडा ही है मैं कहा फॉलो करे भावे ना करे मैनू भंगड़ा पसंद है ना फिर जो तेन फॉलो मारता दूजे फॉलो आया ना फिर मैं क्या मैंने फिर फॉलो किया फिर मैंने पता लगा तवलीन ऐसा वीडियो बड़ी बना कुछ टिकटॉक टिकटॉक आंदी है फिर जट उन्होंने फॉलो बैक कर लिया मार्च का फर्स्ट वीक शुरू होया थोड़ा अट्रैक्शन मेरे वाल होर वधिया गई होर वधिया गई होया कि 7 मार्च नूं राती इह ना मेरी वेट करदा हुंदा सीगा वी तवलीन ने अपने कम्मां कारां तों फ्री होना ਹੁਣ ਇਹ ਬਹੁਤ ਛੇਤੀ ਸੋ ਜਾਂਦਾ 12 ਵਜੇ ਬਟ ਉਦੋਂ ਇਹਨੂੰ ਬਹੁਤ ਐਕਸਾਈਟਮੈਂਟ ਹੁੰਦੀ ਸੀ ਵੀ ਤਵਲੀਨ ਨੇ ਫ੍ਰੀ ਹੋਣਾ ਤੇ ਫਿਰ ਮੈਂ ਉਹਦੇ ਨਾਲ ਗੱਲ ਕਰੂੰਗਾ ਤੇ ਮੈਂ ਇਹਨੂੰ ਕਹਿਣਾ ਵੀ ਮੈਂ 12 ਵਜੇ ਰੋਟੀ ਖਾਣੀ ਆ ਤੇ ਮੈਂ 1-2 ਵਜੇ ਤੱਕ ਫ੍ਰੀ ਹੋਣਾ ਇਹ ਲਾਈਕ 3-3 ਵਜੇ ਤੱਕ ਮੇਰੇ ਨਾਲ ਚੈਟ ਤੇ ਲੱਗਾ ਰਹਿੰਦਾ ਸੀਗਾ ਬਹੁਤ ਲਵੇਲਾ ਸੀਗਾ ਅਟਰੈਕਸ਼ਨ ਬਹੁਤ ਹੀ ਵੱਧ ਗਈ ਸੀ ਹੋਇਆ ਕਿ 7 ਮਾਰਚ ਨੂੰ ਰਾਤੀ 12 ਵਜੇ ਤੋਂ ਬਾਅਦ ਸਾਡੀ ਕੁਝ ਸੀਰੀਅਸ ਟਾਕਸ ਸ਼ੁਰੂ ਹੋਈਆਂ ਇਹਨੇ ਆਪਣੇ ਬਾਰੇ ਮੈਨੂੰ ਸਾਰਾ ਕੁਝ ਦੱਸਿਆ थोड़े दिन
ਸੱਤ ਮਾਰ ਤੋਂ ਸਾਡੀ ਰਾਤ ਨੂੰ ਗੱਲ ਹੋਣ ਡਈ ਠੀਕ ਆ 12 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ 5 ਵਜੇ ਤੱਕ ਗੱਲਾਂ ਮਤਾ ਕੀ ਹੋਈਆਂ ਨਾਰਮਲ ਟਾਕਸ ਹੋਈਆਂ ਇਦਾਂ ਇਦਾਂ ਕਰਕੇ ਗੱਲ ਬਹੁਤ ਵੱਧੀ ਗਈ ਵੱਧੀ ਗਈ ਵੱਧੀ ਗੱਲ ਡੁੰਗੀ ਜਾਂਦੀ ਗਈ ਡੁੰਗੀ ਜਾਂਦੀ ਗਈ ਡੁੰਗੀ ਜਾਂਦੀ ਗਈ ਤੇ ਆਖਿਰ ਚ ਕਹਿੰਦੇ ਵੀ ਅਗਰ ਰਿਲੇਸ਼ਨ ਚ ਹੀ ਆਉਣਾ ਰਿਲੇਸ਼ਨ ਚ ਹੀ ਰਹਿਣਾ ਓ ਮਾਈ ਗੋਡ ਮੈਂ ਕਿਹਾ ਨਹੀਂ ਐਸਾ ਫਰੈਂਡ ਬਣ ਕੇ ਰਹਿਣਾ ਤੇ ਆਪਾਂ ਬਹੁਤ ਵਧੀਆ ਇਦਾਂ ਮਤਲਬ ਹੋ ਸਕਦਾ ਸਾਰਾ ਕੁਛ ਬਟ ਨਹੀਂ ਰਿਲੇਸ਼ਨ ਮੀਨਸ ਰਿਲੇਸ਼ਨ ਰੀਸੈਂਟ ਸੈਲੀਬ੍ਰੇਟ ਵੀ ਕੀਤੀ ਸੀਗੀ ਅੱਛਾ ਤੇ ਯਾ ਉਸ ਤੋਂ ਬਾਅਦ 2020 ਉਦੋਂ ਸੀਗਾ ਲੋਕਡਾਊਨ ਸਭ ਤੋਂ ਮੇਨਲੀ ਇਦਾਂ ਤੇ ਹੋਣਾ ਕੀ ਸੀਗਾ ਮਤਲਬ ਲੋਕਡਾਊਨ ਲੱਗਿਆ ਸੀ ਕੁਛ 6-7 ਨੂੰ 6-7 ਮਾਰਚ ਨੂੰ ਕਰੋਨਾ ਦਾ ਲੋਕਡਾਊਨ ਲੱਗਾ ਸੀਗਾ 22 ਨੂੰ ਇਹ 22 ਦੇ ਨੂੰ ਮੇਰੇ ਕੋ ਮਿਲਣ ਆ ਰਿਹਾ ਸੀਗਾ 21 ਨੂੰ ਆਉਣਾ ਮੈਂ ਮਿਲਣਾ 21 ਫੈਬ ਨੂੰ ਉਹਨੂੰ ਮਿਲਣ ਆ ਰਿਹਾ ਸੀ 17 ਨੂੰ ਪੂਰਾ ਕਰਫਿਊ ਲੱਗ ਗਿਆ ਦਿਲ ਤੇ ਇਹੋ ਇਹੋ ਜਿਹੇ ਫੱਟਾ ਇਹਨੇ ਮੈਨੂੰ ਨਾ ਇੱਕ 15 ਨੂੰ ਕਿਹਾ 15 ਫੈਬ ਨੂੰ ਕਿਹਾ ਵੀ ਮੈਂ ਆਊਂਗਾ 21 ਨੂੰ ਆਊਂਗਾ ਤੇ 17 ਨੂੰ ਕੁਛ ਲੋਕਡਾਊਨ ਪੱਕਾ ਹੀ ਲੱਗ ਗਿਆ ਪਰ ਜਦੋਂ ਆਪਣੀ 8 ਮਾਰਚ ਨੂੰ ਹੋਈ ਉਸ ਤੋਂ ਬਾਅਦ 6-7 ਮਹੀਨੇ ਲੰਘ ਗਏ ਤੇ ਆਪਾਂ ਮਿਲੇ ਸੀਗੇ ਫਸਟ ਟਾਈਮ 28 ਸਪਟੈਂਬਰ ਨੂੰ 28 ਸਪਟੈਂਬਰ ਨੂੰ ਆਪਾਂ ਮਿਲੇ ਦੇਖੋ ਕਿੰਨਾ ਨਾ ਮੈਂ ਦਿਲ ਦਾ ਨਾਈਸ ਨਾ ਵੀ ਕਿੱਡਾ ਲੋਇਲ ਪਰਸਨ ਮੈਂ ਮੈਨੂੰ ਮਿਲਣ ਆਇਆ ਆਪਣੇ ਫਰੈਂਡ ਨਾਲ ਤੇ ਆਪਾਂ ਫਸਟ ਟਾਈਮ ਹੀ ਮੈਂ ਫਸਟ ਟਾਈਮ ਵੇਖਿਆ ਕੱਲੀਆਂ ਵੀਡੀਓਜ਼ ਵਗੈਰਾ ਚ ਵੇਖਿਆ ਸੀ ਫਸਟ ਟਾਈਮ ਮੈਨੂੰ ਵੇਖਿਆ ਦਰਬਾਰ ਸਾਹਿਬ ਦੇ ਅੰਦਰ ਵੇਖਿਆ ਸੀ ਮੈਂ ਬਾਹਰ ਵੀ ਨਹੀਂ ਗਈ ਸੀ ਇਹਨੂੰ ਮਿਲਣ ਤੇ ਰੱਬ ਨੇ ਪੱਕੀ ਹੋਈ ਜੋੜੀ ਬਣਾ ਦਿੱਤੀ ਪੱਕੀ ਤੇ ਰੱਬ ਨੇ ਢੰਗਤਾ ਹੈ ਤੇ ਉਹਦੋਂ ਆਪਾਂ ਫਿਰ ਮਿਲੇ ਹੈ ਕਿੰਨਾ ਚਿਰ ਆਪਾਂ ਮਿਲ ਕੇ ਕਿਤੇ ਲੈ ਦੇਣਾ ਕਾਫੀ ਟਾਈਮ ਕਾਫੀ ਵਾਰ ਇਦਾਂ ਹੋਇਆ ਵੀ ਅਸੀਂ ਗੋਲਡਨ ਟੈਂਪਲ ਆਏ ਤੇ ਆਪਾਂ ਮਿਲ ਕੇ ਚੱਲ ਜਾਂਦੇ ਹੁੰਦੇ ਸੀਗੇ ਤੇ ਜਿਸ ਦਿਨ ਫਸਟ ਟਾਈਮ ਆਪਾਂ ਮਿਲੇ ਸੀ ਉਹ ਦਿਨ 28 ਸਪਟੈਂਬਰ ਸੀਗੀ ਤੇ ਉਸ ਤੋਂ ਬਾਅਦ ਮਹੀਨੇ ਬਾਅਦ 28 ਅਕਤੂਬਰ ਨੂੰ ਮੈਂ ਗਿਆ ਮਿਲਣ ਨੂੰ ਪਹਿਲੀ ਵਾਰੀ ਪਟਿਆਲੇ ਆਇਆ ਮੈਂ ਫਿਰ 28 ਸਪਟੈਂਬਰ ਨੂੰ ਜਦੋਂ ਮਿਲੇ ਆਪਾਂ ਤੇ ਫਿਰ ਆਪਾਂ ਕਿਹੜੇ ਮਾਲ ਗਏ ਸੀਗੇ ਅਲਫਾ ਮਾਲ ਗਏ ਸੀਗੇ ਤੇ ਇਹ ਮਿਸਟਰ ਦਾ 3 ਅਕਤੂਬਰ ਨੂੰ ਬਰਥਡੇ ਸੀਗਾ ਤੇ ਆਪਾਂ ਬਰਥਡੇ ਵੀ ਸੈਲੀਬ੍ਰੇਟ ਪਹਿਲਾਂ ਕੇਕ ਕਟਾ ਕੇ ਆ ਦੱਸ 28 ਕਿੰਨਾ ਕਿੰਨਾ ਜ਼ਿਆਦਾ ਸਿਆਣਾ ਮੈਂ ਤੇਰਾ ਕੇਕ ਕਟਾ ਕੇ ਗਿਆ ਮੈਂ ਉਹ ਵੀ ਰੋਡ ਤੇ ਰੋਡ ਤੇ ਉੱਪਰ ਦੇ ਬਾਹਰ ਹਾਂ ਕੇਕ ਗੱਡੀ ਦੇ ਉੱਤੇ ਰੱਖ ਕੇ ਤੈਨੂੰ ਪੁੱਛਿਆ ਕਿਨੇ ਮੈਂ ਦੱਸ ਰਹੀ ਆ ਨਾ ਤੇ ਫਿਰ ਉਸ ਤੋਂ ਬਾਅਦ ਮਿਸਟਰ ਹੋਣੀ ਦਾ ਗੇੜਾ ਵੱਜਦਾ ਹੀ ਆ ਵੱਜਦਾ ਹੀ ਗਿਆ ਪਟਿਆਲੇ ਵੱਜਦਾ ਹੀ ਗਿਆ ਫਿਰ ਆਇਆ 2021 ਹਾਂ 2021 ਦੇ ਵਿੱਚ ਆਪਣਾ ਜੂਨ ਦੇ ਵਿੱਚ ਕੁਝ ਇਦਾਂ ਇਹ ਮੇਰੇ ਘਰੇ ਬਹੁਤ ਮਤਲਬ ਆਉਂਦਾ ਜਾਂਦਾ ਸੀਗਾ ਮੇਰਾ ਘਰ ਦਾ ਵਧੀਆ ਹੋ ਗਿਆ ਮੇਰੇ ਘਰੇ ਕੁਝ ਨਹੀਂ ਪਤਾ ਸੀ ਇਹਦੇ ਘਰੇ ਕੁਝ ਨਹੀਂ ਪਤਾ ਸੀ ਮੈਂ ਪੂਰਾ ਡਰਦਾ ਨਾ ਰਾਤੀ ਗੱਲ ਕਰਨੀ ਘਰ ਦੇ ਸੋਹਣੇ ਨਾਲ ਆਪਣੇ ਕਮਰੇ ਜਾ ਕੇ ਗੱਲ ਕਰਦਾ ਨਾ ਮੇਰੇ ਘਰੇ ਕੋਈ ਨਹੀਂ ਪਤਾ ਇਹਦੇ ਘਰੇ ਪਤਾ ਲੱਗਦਾ ਗਿਆ ਪਤਾ ਲੱਗਾ ਲੱਗਦਾ ਗਿਆ ਮੈਂ ਮਿਲਦਾ ਮੈਂ ਮਿਲਦਾ ਰਿਹਾ ਫਿਰ ਨਾ ਮੈਂ ਆਪਾਂ ਨੂੰ ਤੇ ਵਧੀਆ ਆਡੀ ਬੋਨਿੰਗ ਵੱਜ ਗਈ ਫਿਰ ਅਗਲਾ ਦਿਨ ਸਾਹਿਬ ਇੱਕ ਦਿਨ ਇੱਕ ਯਾਰ ਮੈਂ ਬੋਲਣ ਡਿਆ ਵਾਂ ਯਾ ਸਰ ਬੋਲੋ ਆਰਗੂਮੈਂਟ ਤੇਰੇ ਚੱਲਦੇ ਰਹਿਣੇ ਸਾਰੀ ਉਮਰ ਤੇ ਮੇਰੇ ਬੋਨਿੰਗ ਵੱਧ ਗਈ ਬੋਨਿੰਗ ਮੈਨੂੰ ਨਾ ਇਹਦੇ ਇੱਕ ਰੀ ਘਰ ਦਾ ਪੁੱਛਿਆ ਵੀ ਤੇਰੇ ਘਰੇ ਪਤਾ ਮੈਂ ਕਿਹਾ ਨਹੀਂ ਇੱਡਾ ਸ਼ਰਮਿੰਦਾ ਹੋਇਆ ਮੈਂ ਇੱਡਾ ਸ਼ਰਮਿੰਦਾ ਫਿਰ ਇੱਕ ਦਿਨ ਇਹੋ ਜਿਹਾ ਮੈਂ ਹੌਲੀ ਜਿਹੀ ਨਾ ਮੰਮੀ ਮੇਰੇ ਲੱਗ ਗਿਆ ਕਹਿੰਦੇ ਕਿਹਦੇ ਨਾਲ ਗੱਲ ਕਰਨ ਵਾਲੇ ਮੈਂ ਦੱਸਿਆ ਇਹਦੇ ਬਾਰੇ ਹੌਲੀ ਜਿਹੀ ਸਾਰੀ ਗੱਲ ਇੱਦਾਂ ਮੈਂ ਫਰੈਂਡ ਫਿਰ ਵੀ ਫਰੈਂਡ ਹੀ ਦੱਸਿਆ ਮੈਂ ਦੱਸਦਾ ਠੀਕ ਹੈ ਮੰਮੀ ਮੈਨੂੰ ਰੋਡ ਪੁੱਛਦੇ ਰਹੇ ਉਹਨਾਂ ਦੱਸਦਾ ਰਿਹਾ ਤੇ ਫਿਰ ਮੇਰੀ ਮੰਮੀ ਨੇ ਦੱਸਿਆ ਭੈਣ ਨੂੰ ਫਿਰ ਭੈਣ ਨੇ ਮੈਨੂੰ ਪੁੱਛਿਆ ਮੈਂ ਭੈਣ ਨੂੰ ਸਾਰੀ ਗੱਲ ਦੱਸਤੀ ਫਿਰ ਭੈਣ ਨੇ ਅੱਗੇ ਮੰਮੀ ਨੂੰ ਦੱਸਤੀ ਤੇ ਮੰਮੀ ਅੱਗੇ ਪਾਪਾ ਤੋਂ ਭਰ ਗਏ ਮੇਰਾ ਦਿਲ ਧੱਕਦਾ ਕਰੇ ਧੱਕਦਾ ਕਰੇ ਪਾਪਾ ਨੂੰ ਮੈਂ ਨਹੀਂ ਨਹੀਂ ਫਰੈਂਡ ਹੀ ਫਰੈਂਡ ਤੂੰ ਚੁੱਕ ਪਹਿਲਾਂ